ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ ਆਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਇਸ ਵੇਲੇ ਨੇ ਭਾਈ ਬਲਦੇਵ ਸਿੰਘ MA, ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ, ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਇਸ ਵੇਲੇ ਉਹ ਇਕਾਂਤਵਾਸ ਵਿੱਚ ਨੇ ਦਿੱਲੀ 'ਚ। ਭਾਈ ਸਾਹਿਬ ਆਪਣੇ ਜਥੇ ਨਾਲ ਕੈਨੇਡਾ ਦੀ ਧਰਤੀ 'ਤੇ ਗਏ ਸੀਗੇ ਪ੍ਰਚਾਰ ਲਈ, ਔਰ ਜਦੋਂ ਵਾਪਸ ਆਏ ਤਾਂ ਇਹਨਾਂ ਨੂੰ ਦਿੱਲੀ ਦੇ ਵਿੱਚ ਰੋਕਿਆ ਗਿਆ। ਔਰ ਜਿਵੇਂ ਕਰੋਨਾ ਦਾ ਡਰ ਹੈ, ਕਰੋਨਾ ਦਾ ਅਸਰ ਹੈ, ਬਚਾਅ ਔਰ ਅਹਿਤਿਆਤ ਦੇ ਵਜੋਂ ਇਹਨਾਂ ਨੂੰ ਰੋਕ ਕੇ ਉੱਥੇ ਰੱਖਿਆ ਗਿਆ, ਔਰ ਇਸ ਵੇਲੇ ਉਹ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਹੈ, ਔਰ ਲੋਕਾਂ ਦੇ ਅੰਦਰ ਜਿਹੜੇ ਡਰ ਹੈ ਕਿ ਜੇਕਰ ਸਾਨੂੰ ਇਸ ਤਰੀਕੇ ਨਾਲ ਰੋਕ ਲਿਆ ਗਿਆ, ਹੋਲਡ ਕਰ ਲਿਆ ਗਿਆ, ਅਤੇ ਕਿਤੇ ਕੋਈ ਬਹੁਤੀ ਪਰੇਸ਼ਾਨੀ ਤਾਂ ਨਹੀਂ ਹੁੰਦੀ। ਸੋ ਇਹਨਾਂ ਦੇ ਅਨੁਭਵ ਜਾਣਦੇ ਆ। ਭਾਈ ਸਾਹਿਬ ਸਵਾਗਤ ਹੈ ਜੀ ਤੁਹਾਡਾ। ਅਰਲਾਵਾ ਜੀ, ਆਪ ਜੀ ਨੂੰ ਔਰ ਆਪ ਜੀ ਦੀਆਂ ਮਾਝੀ ਬਧਾਈ ਸਾਰੇ ਪੰਜਾਬ ਵਾਸੀਆਂ ਨੂੰ, ਔਰ ਸਿੱਖ ਜਨਤਾ ਨੂੰ, ਔਰ ਆਵਾਮ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਿੱਦਾਂ ਮਹਿਸੂਸ ਕਰਦੇ ਹੋ? ਅਰਲਾਵਾ ਜੀ, ਜਿੱਦਾਂ ਅਸੀਂ ਦਿੱਲੀ ਏਅਰਪੋਰਟ ਤੇ ਆਏ ਸੀਗੇ ਜੀ, ਤੇ ਇਹਨਾਂ ਨੇ ਸਾਨੂੰ ਆਈਸੋਲੇਟ ਕਰਨਾ ਜੇ 60 ਸਾਲ ਤੋਂ ਉੱਪਰ ਨੇ ਜੀ, ਜਾਂ ਜਿਹਨਾਂ ਨੂੰ ਕੋਈ ਬਿਮਾਰੀ ਹੈ ਜੀ। ਇਸ ਵੇਲੇ ਅਸੀਂ ਨਰੇਲਾ ਹਰਿਆਣੇ ਦੀ ਹੱਦ ਉੱਤੇ ਇੱਕ ਬਹੁਤ ਵੱਡਾ ਆਪਣੇ ਬਚਾਅ ਵਾਸਤੇ, ਆਪਣੇ ਪਰਿਵਾਰ ਵਾਸਤੇ, ਰਿਸ਼ਤੇਦਾਰਾਂ ਵਾਸਤੇ, ਔਰ ਇਸ ਮਾਨਸਾ ਦੇ ਭਲੇ ਵਾਸਤੇ ਬੈਠੇ ਹਾਂ। ਹਰ ਇੱਕ ਨੂੰ ਬਹਿਣਾ ਚਾਹੀਦਾ ਆਈਸੋਲੇਟ ਹੋ ਕੇ। ਅੱਜ ਕੱਲ੍ਹ ਇਹਦੀ ਬਿਮਾਰੀ ਹੈ, ਅਸੀਂ ਕੈਨੇਡਾ ਚ ਵੇਖ ਕੇ ਵੀ ਜੀ ਆਏ, ਬੜੀ ਖਤਰਨਾਕ ਕਿਸਮ ਦੀ ਬਿਮਾਰੀ ਆ, ਇਹ ਤੋਂ ਡਰਨਾ ਚਾਹੀਦਾ ਤੇ ਰੱਬ ਦਾ ਭੈ ਰੱਖਣਾ ਚਾਹੀਦਾ। ਭਾਈ ਸਾਹਿਬ ਮੈਂ ਬੇਨਤੀ ਕਰਾਂ, ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਭਾਈ ਸਾਹਿਬ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਤੋਂ ਪੀੜਤ ਨਹੀਂ ਨੇ, ਲੇਕਿਨ ਇੱਕ ਡਰ ਜਿਹੜਾ ਲੋਕਾਂ 'ਚ ਸੀਗਾ ਕਿ ਜਦੋਂ ਅਸੀਂ ਕਿਧਰੇ ਦੂਜੇ ਦੇਸ਼ 'ਚੋਂ ਆਉਂਦੇ ਹਾਂ ਜਾਂ ਜਿਹਨਾਂ ਦੇਸ਼ਾਂ 'ਚ ਇਹਦਾ ਪਸਾਰਾ ਹੈ ਬਿਮਾਰੀ ਦਾ, ਅਤੇ ਆਉਣ ਤੋਂ ਬਾਅਦ ਸਾਡੇ ਨਾਲ ਕੋਈ ਭੇਦਭਾਵ ਜਾਂ ਅਲੱਗ ਤਰ੍ਹਾਂ ਦਾ ਮਾਹੌਲ, ਇਹ ਤਾਂ ਇਹਤਿਆਤਨ ਕਦਮ ਹੈ। ਸੋ ਭਾਈ ਸਾਹਿਬ, ਜਦੋਂ ਤੁਸੀਂ ਕੈਨੇਡਾ ਤੋਂ ਵਾਪਸ ਪੈਰ ਰੱਖਦੇ ਹੋ ਏਅਰਪੋਰਟ 'ਤੇ, ਤਾਂ ਤੁਹਾਡੇ ਨਾਲ ਕਿਹੋ ਜਿਹਾ ਵਿਹਾਰ ਹੁੰਦਾ? ਕਿਉਂਕਿ ਲੋਕਾਂ ਦੇ ਅੰਦਰੋਂ ਡਰ ਨਿਕਲਣਾ ਵੀ ਬੜਾ ਜ਼ਰੂਰੀ। ਆਮ ਜਿੱਦਾਂ ਰੂਟੀਨ ਹੁੰਦੀ ਆ ਏਅਰਪੋਰਟ ਹੈ, ਜੋ ਵੀ ਰੂਟੀਨ 'ਚ ਸਾਨੂੰ ਲੰਘਣਾ ਪਿਆ ਹੈ, ਇਹ ਠੀਕ ਹੈ। ਉਦੋਂ 5 ਫਲਾਈਟਾਂ ਇਕੱਠੀਆਂ ਆ ਗਈਆਂ, ਥੋੜਾ ਸਾਨੂੰ ਜ਼ਿਆਦਾ ਸਮਾਂ ਏਅਰਪੋਰਟ 'ਚ ਲੱਗ ਗਿਆ, ਕੋਈ ਸਾਡੇ ਵਿਚਾਰ ਨਹੀਂ ਹੋਇਆ। ਰੂਟੀਨ 'ਚ ਲੈਣੇ 'ਚ ਜਿੱਦਾਂ ਆਮ ਲੋਕ ਲੰਘੇ, ਉੱਥੇ ਅਸੀਂ ਲੰਘੇ ਸੀਗੇ, ਉਹਨਾਂ ਚੈੱਕ ਕੀਤਾ, ਜਿਹਨਾਂ 'ਤੇ ਕੋਈ ਸ਼ੱਕ ਪਿਆ ਉਹਨਾਂ ਨੂੰ ਉਹਨਾਂ ਨੇ ਵੱਖਰਾ ਕਰਕੇ ਹੋਸਪਿਟਲ ਲੈ ਗਏ, ਜਿਹਨਾਂ 'ਤੇ ਕੋਈ ਬਿਮਾਰੀ ਨਹੀਂ ਸਹੀ ਨੇ, ਲੇਕਿਨ ਜਿਹਨਾਂ ਕੋਲ ਸਮਾਂ ਪਹਿਲਾਂ ਆਪਰੇਟ ਕਰਾਇਆ ਸੀ, ਜਾਂ ਜਿਹਨਾਂ ਸ਼ੂਗਰ ਆ, ਬਲੱਡ ਪ੍ਰੈਸ਼ਰ ਆ, ਕਿਸੇ ਵੀ ਪੀੜ ਤੋਂ, ਉਹ ਰੋਗ ਤੋਂ ਪੀੜਤ ਨੇ, ਉਹਨਾਂ ਨੂੰ ਉਹਨਾਂ ਨੇ ਰੱਖਿਆ ਵੱਖਰਾ, ਕਿਉਂਕਿ ਅਸੀਂ ਬਾਹਰਲੇ ਦੇਸ਼ ਤੋਂ ਆਏ, ਜਿਹੜੇ ਦੇਸ਼ਾਂ ਵਿੱਚ ਬਿਮਾਰੀ ਦਾ ਬਹੁਤ ਜ਼ਿਆਦਾ ਕਨਫੋਪ ਆ, ਬੜਾ ਵੱਡਾ ਜ਼ੋਰ ਆ, ਤੇ ਇਹ ਦੇਸ਼ ਆਪਣਾ ਜਿਹੜਾ ਪੰਜਾਬ ਹਿੰਦੁਸਤਾਨ ਬਚਣਾ ਚਾਹੁੰਦਾ ਇਸ ਬਿਮਾਰੀ ਤੋਂ, ਔਰ ਬਚਣਾ ਵੀ ਚਾਹੀਦਾ। ਨਹੀਂ, ਤੁਹਾਡਾ ਚੈੱਕਅਪ ਕਿੱਦਾਂ ਦਾ ਹੋਇਆ? ਚੈੱਕਅਪ ਸਾਡਾ ਹਿੰਸਾ ਕੋਈ ਨੀ ਹੋਇਆ, ਨਾ ਉਹਨਾਂ ਸਾਡਾ ਚੈੱਕਅਪ ਕੀਤਾ, ਸਾਨੂੰ ਕਹਿੰਦੇ ਤੁਸੀਂ ਬਿਲਕੁਲ ਠੀਕ ਹੋ, ਤੁਹਾਨੂੰ ਕੋਈ ਬਿਮਾਰੀ ਨਹੀਂ ਆ, ਅਸੀਂ 14 ਦਿਨ ਕਰਕੇ ਰੋਕਣਾ ਕਿ ਤੁਸੀਂ ਬਾਹਰਲੇ ਦੇਸ਼ ਤੋਂ ਆਏ ਹੋ, ਜੇ 14 ਦਿਨ ਤੁਹਾਨੂੰ ਰੱਖਾਂਗੇ, ਜੇ ਕੋਈ ਕੀਟਾਣੂ ਨਜ਼ਰ ਆਏ ਤੇ ਫਿਰ ਤੁਹਾਨੂੰ ਰੱਖਣਾ ਚਾਹਾਂਗੇ, ਨਹੀਂ ਤੇ ਵਾਪਸ ਘਰੋਂ ਭੇਜ ਦਿੱਤਾ ਜਾਵੇਗਾ। ਅੱਛਾ, ਇੱਕ ਹੋਰ ਡਰ ਲੋਕਾਂ 'ਚ ਪਾਇਆ ਜਾਂਦਾ ਕਿ ਜਦੋਂ ਐਸੀ ਸਥਿਤੀ 'ਚ ਕਿਸੇ ਜਗ੍ਹਾ 'ਤੇ ਲਿਜਾਇਆ ਜਾਂਦਾ ਤੇ ਉੱਥੇ ਜਿਹੜੇ ਬਿਮਾਰ ਹੁੰਦੇ ਆ, ਇਸ ਤਰ੍ਹਾਂ ਦੀਆਂ ਅਲਾਮਤਾਂ ਜਿਨ੍ਹਾਂ 'ਚ ਨਜ਼ਰ ਆਉਂਦੀਆਂ, ਉਹ ਜਦੋਂ ਇਕੱਠੇ ਰਹਿੰਦੇ ਆ ਤੇ ਬਿਮਾਰੀ ਦਾ ਖਤਰਾ ਵੱਧ ਜਾਂਦਾ। ਕੀ ਸਾਰਿਆਂ ਨੂੰ ਇਕੱਠੇ ਰੱਖਿਆ ਗਿਆ, ਡਿਸਟੈਂਸ ਮੇਨਟੇਨ ਕੀਤਾ ਗਿਆ, ਇੱਕ ਦੂਜੇ ਤੋਂ ਦੂਰੀ ਬਣਾਈ ਗਈ ਆ, ਕਿੱਦਾਂ ਮਾਹੌਲ ਕਿੱਦਾਂ ਔਰ ਸਹੂਲਤਾਂ ਕਿਹੋ ਜਿਹੀਆਂ? ਵੀਰ ਜੀ, ਜਿੱਥੇ ਅਸੀਂ 13 ਮੰਜ਼ਲੀ ਵਾਰਤਿਆ ਜੀ, ਇੱਕ ਯੂਨਿਟ 'ਚ 2 ਕਮਰੇ ਆ, 2 ਕਮਰੇ 'ਚ ਅਸੀਂ 2 ਆਦਮੀ ਰਹਿ ਰਹੇ ਹਾਂ ਜੀ, ਇੱਥੇ ਸਾਰੇ ਯੂਨਿਟ 'ਚ ਆਦਮੀ ਬਾਕੀ ਰਹਿ ਰਿਹਾ, ਜੇ ਸਹੂਲਤ ਸਾਨੂੰ ਪੂਰੀ ਆ, 2 ਪ੍ਰਕਾਰ ਦਾ ਵਧੀਆ ਖਾਣਾ ਹੈ, 2 ਪ੍ਰਕਾਰ ਚਾਹ ਨਾਲ ਕੋਈ ਖਾਣ ਵਾਸਤੇ ਦਿੰਦੇ ਆ, ਸਾਬਣ, ਤੇਲ, ਤੌਲੀਆ, ਬੁਰਸ਼ ਵਗੈਰਾ, ਚੱਪਲ ਤੱਕ ਵੀ ਸਾਨੂੰ ਉਹਨਾਂ ਨੇ ਮੁਹੱਈਆ ਕਰਿਆ, ਬਹੁਤ ਵਧੀਆ ਪ੍ਰਬੰਧ ਇਹਨਾਂ ਦਾ। ਹੁਣ ਸਰ ਇਹ ਨੀ ਪਤਾ ਸੈਂਟਰ ਦਾ ਹੈ, ਕਿਸੇ ਕੇਜਰੀਵਾਲ ਸਾਹਿਬ ਦਾ ਕਿਹਦਾ, ਜਿਹਦਾ ਵੀ ਹੈਗਾ ਹੈ, ਅਸੀਂ ਉਹ ਧੰਨਵਾਦ ਕਰਦੇ ਹਾਂ ਕਿ ਉਹ ਬਹੁਤ ਵਧੀਆ ਸਾਨੂੰ ਰੱਖਿਆ ਹੈ, ਉਹ ਵਧੀਆ ਸਾਨੂੰ ਕੋਈ ਡੀਲਿੰਗ ਕਰਦੇ ਆ, ਸਾਡੇ 24 ਘੰਟੇ ਡਾਕਟਰ ਸਾਹਿਬ ਦੇਖਿਆ, ਜੇ ਸਾਨੂੰ ਜਿਹੜਾ ਸ਼ਰੀਪ ਨੂੰ ਜੀ ਤੁਸੀਂ ਜਾ ਕੇ ਦਿਖਾਓ, ਅਸੀਂ ਉਹਨੂੰ ਪੁੱਛਿਆ ਸੀ ਵੀ ਤੁਸੀਂ ਸਾਨੂੰ ਦੇ ਚੈੱਕ ਕਰ ਲਓ ਜੇ ਬਿਮਾਰੀ ਨਹੀਂ ਜਾਣ ਦੀ, ਉਹ ਕਹਿੰਦੇ ਬਿਮਾਰੀ ਤੁਹਾਨੂੰ ਕੋਈ ਨਹੀਂ ਆ, ਅਸੀਂ ਬੈਠੇ ਹਾਂ ਤੁਹਾਡੇ ਵਾਸਤੇ, ਕਿਸੇ ਨੂੰ ਕੋਈ ਮੁਸ਼ਕਿਲ ਆ ਸਾਨੂੰ ਆਣ ਕੇ ਦਿਖਾ ਦਿਓ, ਅਸੀਂ ਤੁਹਾਨੂੰ ਉੱਥੇ ਟ੍ਰੀਟਮੈਂਟ ਦਿੰਦੇ ਹਾਂ, ਅਸੀਂ 14 ਦਿਨ ਕਰਕੇ ਰੱਖਿਆ ਤੁਹਾਨੂੰ, ਵੀ ਜੇ ਵਿੱਚੋਂ ਕਿਸੇ ਕੀਟਾਣੂ ਪੈਦਾ ਕਿਸੇ 'ਚ ਹੋ ਗਏ ਤਾਂ ਉਹ ਵੱਖਰੇ ਕਰ ਲਵਾਂਗੇ, ਤੁਹਾਨੂੰ ਬਾਕੀ ਨੂੰ ਭੇਜ ਦਿੱਤਾ ਜਾਵੇਗਾ। ਅਸੀਂ ਲਾਗੇ ਭਾਗੇ ਆਉਂਦੇ ਜਾਂਦੇ ਹਾਂ, ਇੱਕ ਦੂਜੇ ਮਿਲਦੇ ਵੀ ਆ, ਪਰ ਥੋੜੇ ਦੇਰ ਤੋਂ ਅਸੀਂ ਮਿਲਦੇ ਹਾਂ, 4-5 ਫੁੱਟ ਜੀ ਸਾਡੇ ਜਾਂਦੇ ਹਾਂ, ਉਹ 'ਚੋਂ ਵੀ 4-5 ਫੁੱਟ ਦੇ ਅਸੀਂ ਵਿੱਚ ਰੱਖ ਕੇ ਇੱਕ ਦੂਜੇ ਨੂੰ ਮਿਲਦੇ ਹਾਂ, ਕੋਈ ਡਰਨ ਵਾਲੀ ਗੱਲ ਨਹੀਂ ਹੈਗੀ, ਕੋਈ ਵੀ ਡਰਨ ਵਾਲੀ ਗੱਲ ਨਹੀਂ ਆ। ਮੈਂ ਤਾਂ ਰੰਧਾਵਾ ਜੀ, ਜੇ ਕੋਈ ਦੇਖਦਾ ਇੱਥੇ ਆਪਣੇ ਪੰਜਾਬ ਦੇ ਲੋਕਾਂ ਨੂੰ, ਮੈਂ ਤਾਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ, ਵੀ ਬਚਾ ਲਿਆ ਪੰਜਾਬ ਨੂੰ। ਬਿਲਕੁਲ।
देखो जे जे कर्फ्यू ना लगता किसी का कोई मत पेश हो कि लट हो गए हो सकता साढ़े पचास मत पेश हो सरकार ना पार्टी का उसे हो तरह भी पर असि बाले देशों में देख रहे उसे लोग भावना में जिंदगी ने लोगों दी असि डरते भी मर चुके क्योंकि साढ़े अभी आई नहीं गई जिन्हों लोगों आई है उन्होंने पता है किस तरह औखे ने आई तो अठ दिन हो गया ना किसी भी बच्चा अच्छे भी सिर्फ पच्ची दिन हो गए लोग अंदर निके हुए ने बाहर हाथ नहीं कर सकते बाहर वेख नहीं सकते मैं तो हैरान हाँ अपने लोगों से देखो गुरुआ की धरती बचो तुम वाहगुरु शुक्र करो साढ़े जी बीमारी आई है ठीक है एक पेशेंट आया उन्हें फला दी बड़े वे सकूप उठे नहीं आ मैं तो यह बेनती करूंगा प्रशासन का सहयोग करो सानू वेखो मैं देखता ही कल लोग जी हम मिली जी सानू आ नहीं हो मर गए भुखे जी आप पिछले भुखे मर गए अभी उन्होंने औलाद हाँ जे जंगलों च भी दिन भुखे नहीं दे नंगे नहीं दे मुठ मुठ छोले चपते पत्ते खाज भी ज्यादा करते कि असि अब पंजाब में ना मर गया एक दिन रोटी नहीं मिली भुखे मर गए बिल्कुल पंजाब च किन्ने किले पिंड आप लोग रेंगे सब वोटा लैन जाने आप धड़े बन के आप जाने पैसे देने शराबत देने मैं इतने पिंड च वसण वाले पंचां सरपंचां मोहतबरन नंबर बेनती करूंगा कि अपने अपने पिंड च पांच दस जो घर गरीबों के उन्होंने आटा दस दें भी चलो दे दो कई पिंड दे रहे हैं मैंने पता कई पिंड लोग दे रहे और वधिया गल आ श्रोमणी कमेटी अपने साथ जतन करती है पंजाब सरकार अपने साथ करती ठीक है बहुत जतन उन्होंने पर सारे कुछ नहीं हो सकता ये सानू रल के इस आफत पंजाब वासियों सारे एक दूसरे रल के पिंड च एक दूसरे सहयोग करके आप जो महसूस करते हैं कि इन लोड़ है आटे की रोटी भी उन्होंने दिखी जाए मेल मिलाप का भी कोई तौर तरीका है और जो कोई क्योंकि हुण तां वैसे करफ्यू आ परिवार तो मिलन जा ही नहीं सकता लेकिन अदरवाइज जिहड़ा उत्थे कोई भाईचारा इस तरह का है कि तुहानू किसे वेले बंदे मानसिक परेशान हो जाते हैं डिप्रैशन का शिकार हो जाते कि यार कल्ले कमरे च बिठाता है और तुहाडा तो निगरानी तुहाडी किहो जी आ तुहानू डॉक्टर बकायदा मिल रहे आ जां तुहानू किस तरह का फीलिंग किस तरह का कोई इस तरह का नहीं कि उदासी वाली भावना जां कोई होर भावना नहीं नहीं इह वाला नहीं साडे उत्तरे आपां करते आ साडे इह अंदर कोई दित्ते होए नहीं गए असीं अपने कमरे च अपनी मर्जी नाल उठ के बाहर नहीं जा सकते थले जा सकते हैं थले डॉक्टर ने थले खाना पीना कोई पानी पूरी लाना थले जो ताडा जी कहदा थले घुमाओ लग लग के घुमाउंदे ते कोई पाबंदी नहीं हैगी साडे ते सिंदर दित्ते आ वैसे ने टेलीफोन सानूं दित्ते होए आ धमके की लोड़ कमरे भी पहुंचा दिंदे आ सफाई दोनों टाइम होंगी आ बड़ा वधिया क्लीन करके जाते हैं हर हर वह प्रकार का घर वर्ग सुख है बीजी कोई ऐसी बंदिश नहीं है सानू लागे घूमती भी जाती है हर प्रकार की आजादी है सिर्फ यह कि असं अपने घर तो थोड़े वक्रे हैं कोई डर वाली गल नहीं हैगी साड़ी सहूलत वास्ते आ ये जो कर रहे सानू एक खुशी है इहदा मतलब बेसिकली साडा सिर्फ एजेंडा यही सी कि लोगों नू जिहड़ा डर है अंदर कि यार जे असी बाहरों आने कितने जा क्योंकि अजे भी कुछ इंटरनेशनल फ्लाइट्स चल रही सीगियां रब ना करे जे किसी बीमारी पै गई अपने को संभली नहीं भाजी जानी हिंदुस्तान च थोड़ा बहुत क्योंकि खबर तो होर तरह प्रैक्टिकली जो उन्नी चढ़े हो गए उदो पाबंदियां आयद हो गई भी चेक किया गया बकायदा उदू साथों आने तो पांच दिन पहला पाबंदियां हो गई थी उन्होंने एमरजेंसी डिकलेयर कर दी थी मेडिकल उन्हें पाबंदियां लाती थी अलबर्ट सूबा उ दस हजार डॉलर एक बंदे से पेनल्टी रख दी थी जो बंदा बिना काम को बाहर निकले थे अच्छा मेरे बच्चे आते भी आते इतने भी हजार डॉलर पेनल्टी है जो बंदा घरों बाहर निकल जाए पढ़े जाए बिना काम को हर दुनिया से भाजी दुनिया तरह तरह कर रही है साढ़े दो डंडे बज गए रोल ला पे आप निकलते की गल फिर जी सामना कोई डॉक्टर जाना है कोई दवाई लैन जाने मन दे आप जाना चाहिए लैना भी चाहिए पर कई वेखते हमें मजीर जाके वेखन की शौक के बारे मोटरसाइकिल फिर मजीर क्यों आप निकलते घरों बार आप घर रहना चाहिए देखो मैं एक बेनती कर मेरे पिंड पुलिस गई
शब्द भी चाहिए होंगे प्रसंग भी चाहिए होंगे इतिहास ना भी जुड़ते हो उ किस तरह टाइम बतीत कर रहे हो कि टेलीविजन देखते हो नहीं टेलीविजन भी साझे का है अपने मोबाइल देख लिया बाकी भी जी सरुखी का पाठ करिए मारी बाणी पढ़े दिया घंटे दो घंटे उस तो बाद सब अपनी किताबों से हिंदी में लिखे गए हिंदी में किताबा ना ही अपने पास ने साधे को अपने प्रसंग दिया दूजे तीजे सारी इतिहास की किताबा मेरे को काफी ने जो मैं लिखे गया से आप साधे को भी है जी गवर्नमेंट बह के आप संगी अपने कमरे में जा लीजिए अपना फन कर लीजिए खुशी कर लीजिए भाई साहब बहुत धन्यवाद और कुदरत करे कि तुसी तंदुरुस्त रहो जिदा तुसी तंदुरुस्त हैगे हो और 14 दिन दा तुहाडा इह एकांतवास खत्म होवे जिहड़ा कि एक जरूरी है इंटरनेशनल नॉर्म्स के अनुसार जिहड़े लोग ट्रैवल कर रहे इधर उधर अच्छी गल है कि तुसी वो सारिया चीज़ा पंजाबियों नूं दस भी रहे हो वख-वख माध्यम राही और जिहड़ा पैनिक क्रिएट होया उहनूं तुसी काफ़ी हद तक न्यूट्रलाइज किया साडे इस माध्यम राही बहुत मेहरबानी बहुत धन्यवाद मैं बहुत धन्यवाद जी बहुत बहुत धन्यवाद शुक्रिया।